ਆਂਧਰਾ ਪ੍ਰਦੇਸ਼ ਦੀ ਆਂਧਰਾ ਪ੍ਰਦੇਸ਼ ਦੇ ਸੀਐਮ ਬਾਲ ਬਚੇ ਨੇ। ਦਰਅਸਲ ਉਹ ਮਥੁਰਾ ਨਗਰ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਅਤੇ ਇਸੇ ਦੌਰਾਨ ਜਿਸ ਵੇਲੇ ਉਹ ਪੁਲ ਦੇ ਉੱਤੇ ਮੌਜੂਦ ਸਨ, ਰੇਲਵੇ ਦਾ ਇਹ ਪੁਲ ਸੀ, ਪੁਲ ਦੇ ਉੱਤੇ ਜਿਸ ਵੇਲੇ ਉਹ ਮੌਜੂਦ ਸਨ ਅਤੇ ਇਸੇ ਦੌਰਾਨ ਅਚਾਨਕ ਜਿਹੜੀ ਟ੍ਰੇਨ ਉੱਥੇ ਆ ਜਾਂਦੀ ਹੈ। ਹਾਲਾਂਕਿ ਉਹਨਾਂ ਨੂੰ ਅਚਾਨਕ ਟ੍ਰੇਨ ਦੇ ਆਉਣ ਦਾ ਪਤਾ ਜਿਹੜਾ ਉਹ ਲੱਗ ਜਾਂਦਾ ਹੈ, ਪਰ ਉਸ ਵੇਲੇ ਉਹ ਪੁਲ 'ਤੇ ਹੀ ਮੌਜੂਦ ਸਨ। ਉਹਨਾਂ ਦੇ ਸੁਰੱਖਿਆ ਮੁਲਾਜ਼ਮ ਅਤੇ ਹੋਰ ਅਧਿਕਾਰੀ ਰੇਲਵੇ ਦੇ ਪੁਲ ਦੇ ਉੱਤੇ ਹੀ ਮੌਜੂਦ ਸਨ, ਜਿਸ ਤੋਂ ਬਾਅਦ ਉਹ ਅਲਰਟ ਹੁੰਦੇ ਨੇ, ਸਾਈਡ ਹੋ ਜਾਂਦੇ ਨੇ ਸਮਾਂ ਰਹਿੰਦਿਆਂ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਜਾਂਦਾ ਹੈ। ਤਾਂ ਇਹ ਤਸਵੀਰਾਂ ਨੇ ਆਂਧਰਾ ਪ੍ਰਦੇਸ਼ ਦੀਆਂ, ਜਿੱਥੇ ਸੀਐਮ ਚੰਦਰਬਾਬੂ ਨਾਇਡੂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਹੇ ਸੀ ਅਤੇ ਰੇਲਵੇ ਦੇ ਪੁਲ 'ਤੇ ਜਿਸ ਵੇਲੇ ਉਹ ਮੌਜੂਦ ਸਨ ਅਤੇ ਉਸ ਇਲਾਕੇ ਦਾ ਦੌਰਾ ਕਰ ਰਹੇ ਸੀ, ਤਾਂ ਅਚਾਨਕ ਜੋ ਹੈ ਟ੍ਰੇਨ ਉੱਥੇ ਆਉਂਦੀ ਹੈ। ਤਾਂ ਹਾਲਾਂਕਿ ਸਮਾਂ ਰਹਿੰਦਿਆਂ ਪਤਾ ਲੱਗ ਜਾਂਦਾ ਕਿ ਟ੍ਰੇਨ ਆ ਰਹੀ ਹੈ, ਤਾਂ ਉਹ ਪੁਲ ਦੇ ਇੱਕ ਪਾਸੇ 'ਤੇ ਹੋ ਜਾਂਦੇ ਨੇ ਅਤੇ ਟ੍ਰੇਨ ਜਿਹੜੀ ਆ ਉੱਥੋਂ ਲੰਘ ਜਾਂਦੀ ਹੈ ਅਤੇ ਕੋਈ ਵੀ ਘਟਨਾ ਜਿਹੜੀ ਅਣਸੁਖਾਵੀਂ ਘਟਨਾ ਉੱਥੇ ਨਹੀਂ ਵਾਪਰੀ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਸੀਐਮ ਚੰਦਰਬਾਬੂ ਨਾਇਡੂ ਨਜ਼ਰ ਆ ਰਹੇ ਨੇ, ਸੁਰੱਖਿਆ ਮੁਲਾਜ਼ਮਾਂ ਅਤੇ ਹੋਰ ਅਧਿਕਾਰੀਆਂ ਦੇ ਵਿਚਾਲੇ ਉਹ ਖੜ੍ਹੇ ਹੋਏ ਨੇ। ਰੇਲਵੇ ਦਾ ਇਹ ਪੁਲ ਹੈ ਅਤੇ ਆਂਧਰਾ ਪ੍ਰਦੇਸ਼ ਦਾ ਹੀ ਮਥੁਰਾ ਨਗਰ ਇਲਾਕਾ ਹੈ, ਜਿੱਥੇ ਕਿ ਸੀਐਮ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਸੀ। ਆਂਧਰਾ ਪ੍ਰਦੇਸ਼ ਦੀ ਆਂਧਰਾ ਪ੍ਰਦੇਸ਼ ਦੇ ਸੀਐਮ ਬਾਲ ਬਚੇ ਨੇ। ਦਰਅਸਲ ਉਹ ਮਥੁਰਾ ਨਗਰ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਅਤੇ ਇਸੇ ਦੌਰਾਨ ਜਿਸ ਵੇਲੇ ਉਹ ਪੁਲ ਦੇ ਉੱਤੇ ਮੌਜੂਦ ਸਨ, ਰੇਲਵੇ ਦਾ ਇਹ ਪੁਲ ਸੀ, ਪੁਲ ਦੇ ਉੱਤੇ ਜਿਸ ਵੇਲੇ ਉਹ ਮੌਜੂਦ ਸਨ ਅਤੇ ਇਸੇ ਦੌਰਾਨ ਅਚਾਨਕ ਜਿਹੜੀ ਟ੍ਰੇਨ ਉੱਥੇ ਆ ਜਾਂਦੀ ਹੈ। ਹਾਲਾਂਕਿ ਉਹਨਾਂ ਨੂੰ ਅਚਾਨਕ ਟ੍ਰੇਨ ਦੇ ਆਉਣ ਦਾ ਪਤਾ ਜਿਹੜਾ ਉਹ ਲੱਗ ਜਾਂਦਾ ਹੈ, ਪਰ ਉਸ ਵੇਲੇ ਉਹ ਪੁਲ 'ਤੇ ਹੀ ਮੌਜੂਦ ਸਨ। ਉਹਨਾਂ ਦੇ ਸੁਰੱਖਿਆ ਮੁਲਾਜ਼ਮ ਅਤੇ ਹੋਰ ਅਧਿਕਾਰੀ ਰੇਲਵੇ ਦੇ ਪੁਲ ਦੇ ਉੱਤੇ ਹੀ ਮੌਜੂਦ ਸਨ, ਜਿਸ ਤੋਂ ਬਾਅਦ ਉਹ ਅਲਰਟ ਹੁੰਦੇ ਨੇ, ਸਾਈਡ ਹੋ ਜਾਂਦੇ ਨੇ ਸਮਾਂ ਰਹਿੰਦਿਆਂ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਜਾਂਦਾ ਹੈ। ਤਾਂ ਇਹ ਤਸਵੀਰਾਂ ਨੇ ਆਂਧਰਾ ਪ੍ਰਦੇਸ਼ ਦੀਆਂ, ਜਿੱਥੇ ਸੀਐਮ ਚੰਦਰਬਾਬੂ ਨਾਇਡੂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਹੇ ਸੀ ਅਤੇ ਰੇਲਵੇ ਦੇ ਪੁਲ 'ਤੇ ਜਿਸ ਵੇਲੇ ਉਹ ਮੌਜੂਦ ਸਨ ਅਤੇ ਉਸ ਇਲਾਕੇ ਦਾ ਦੌਰਾ ਕਰ ਰਹੇ ਸੀ, ਤਾਂ ਅਚਾਨਕ ਜੋ ਹੈ ਟ੍ਰੇਨ ਉੱਥੇ ਆਉਂਦੀ ਹੈ। ਤਾਂ ਹਾਲਾਂਕਿ ਸਮਾਂ ਰਹਿੰਦਿਆਂ ਪਤਾ ਲੱਗ ਜਾਂਦਾ ਕਿ ਟ੍ਰੇਨ ਆ ਰਹੀ ਹੈ, ਤਾਂ ਉਹ ਪੁਲ ਦੇ ਇੱਕ ਪਾਸੇ 'ਤੇ ਹੋ ਜਾਂਦੇ ਨੇ ਅਤੇ ਟ੍ਰੇਨ ਜਿਹੜੀ ਆ ਉੱਥੋਂ ਲੰਘ ਜਾਂਦੀ ਹੈ ਅਤੇ ਕੋਈ ਵੀ ਘਟਨਾ ਜਿਹੜੀ ਅਣਸੁਖਾਵੀਂ ਘਟਨਾ ਉੱਥੇ ਨਹੀਂ ਵਾਪਰੀ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਸੀਐਮ ਚੰਦਰਬਾਬੂ ਨਾਇਡੂ ਨਜ਼ਰ ਆ ਰਹੇ ਨੇ, ਸੁਰੱਖਿਆ ਮੁਲਾਜ਼ਮਾਂ ਅਤੇ ਹੋਰ ਅਧਿਕਾਰੀਆਂ ਦੇ ਵਿਚਾਲੇ ਉਹ ਖੜ੍ਹੇ ਹੋਏ ਨੇ। ਰੇਲਵੇ ਦਾ ਇਹ ਪੁਲ ਹੈ ਅਤੇ ਆਂਧਰਾ ਪ੍ਰਦੇਸ਼ ਦਾ ਹੀ ਮਥੁਰਾ ਨਗਰ ਇਲਾਕਾ ਹੈ, ਜਿੱਥੇ ਕਿ ਸੀਐਮ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਸੀ।